वाहेगुरु जी का खालसा वाहेगुरु जी की फतेह। संगत जी आप सारिया के सामने ना आप जिहड़े बच्चे सीगे उन्हां दी माफी दी वीडियो आप विच ऐड करांगे, उह जरूर देखियो एंड दे विच। ते आप सारे नूं दस दिता जांदा कि जिद्दां कि मैनूं राजनीति दे नाल जोड़िया गया ते मेरे खिलाफ वीडियोज भी बणियां सीगियां, आप सारे नूं पता ही आ। ते मेरे खिलाफ जिन्हां जिन्हां ने भी बोलिया वे अवतार सिंह एस वाई पार्टी ज्वाइन करके ते अवतार सिंह ने उन्हां नूं माफ कर दिता। पहली गल तो यह है भी माफ़ी उन्होंने मेरे तो नहीं, गुरु ग्रंथ साहब महाराज जी तो माफ़ी मंगी सी। दूजी गल है बई मैं ना कॉलेज का हाँ ना मैनू मेरे कॉलेज ना कोई लेना देना है ना मेरे को लिंक, तो मैं कॉलेज के नाल एस वाई पार्टी ज्वाइन क्यों करूँगा। मैं इन्नी बेनती करना चाहूँगा मेरे राजनीति ने कोई लेना देना नहीं है, मैनू राजनीति नाल ना जुड़िया जाए। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह। दोबारा माफी मंगाई जा रही है, खालसा ही तौर ते कारवाई हो चुकी है सारी। उस तों बाद देख सकते हो साडे सामने भी गुरु साहब दे अगे गुरु साहब दे निशान साहब अगे सारे सिर झुका के गोडिया वाल भी बैठे हुए ने, तुहाडे संगत वालों भी सारे माफी मांग रहे ने। उस तों बाद इन्हां दी जिहड़ी सेवा लगी हुई सी पंच सिंघां वालों जो सेवा लगाई गई सी उस सेवा नूं भी अगे होर वधा दिता गया संगत दे हुकम दे अनुसार। वाहेगुरु जी का खालसा वाहेगुरु जी की फतेह। असीं सारे श्री गुरु नानक देव खालसा कॉलेज दे स्टूडेंट आ ते पिछले कुछ दिनां तों साडी वीडियो काफी वायरल हो रही है जिहदे च आपां अपनी पूरी पूरी गलती भी मानदे आ। सिंघां तों जो साडे ते खालसा दी कारवाई बणदी सी ਉਹ ਸਾਡੇ ਤੇ ਕੀਤੀ ਗਈ ਹੈ ਤੇ ਪੰਜ ਸਿੰਘਾਂ ਨੇ ਸਾਡੀ ਸੇਵਾ ਵੀ ਲਾਈ ਹੈ ਜੋ ਕਿ ਆਪਾਂ ਤਹਿ ਦਿਲ ਨਾਲ ਨਿਭਾਵਾਂਗੇ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਰੱਖਦੇ ਨਿਭਾਵਾਂਗੇ। ਵਾਹਿਗੁਰੂ ਜੀ ਸੰਗਤ ਜੀ ਨੂੰ ਬੇਨਤੀ ਹੈ ਕਿ ਇਹਨਾਂ ਦੀ ਜੋ ਸੇਵਾ ਲੱਗੀ ਹੈ ਉਹ ਸੇਵਾ ਆਪ ਜੀ ਨੂੰ ਦੱਸ ਦਿੱਤੀ ਜਾਂਦੀ ਹੈ ਵੀਡੀਓ ਦੇ ਵਿੱਚ ਹੀ। 5 ਸਤੰਬਰ ਤੋਂ ਯਾਨੀ ਕਿ ਅੱਜ ਤੋਂ 40 ਦਿਨ 1 ਘੰਟੇ ਦੀ ਸੇਵਾ ਹੱਥੋਂ ਕੀਤੀ ਜਾਏਗੀ ਗੁਰੂ ਘਰ ਦੇ ਵਿੱਚ ਇਹਨਾਂ ਸਾਰਿਆਂ ਵੱਲੋਂ। ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਦੀ ਸੇਵਾ ਅਤੇ ਰਹਿਰਾਸ ਸਾਹਿਬ ਵੇਲੇ ਗੁਰੂ ਮਹਾਰਾਜ ਦੀ ਸੁਖਾਸਨ ਦੀ ਸੇਵਾ ਵੇਲੇ ਇਹਨਾਂ ਨੇ ਉਧਰ ਜਾ ਕੇ ਸਿੱਖਣਾ ਹੈ ਬਈ ਗੁਰੂ ਸਾਹਿਬ ਦੀ ਦੇਖ ਰੇਖ ਗੁਰੂ ਸਾਹਿਬ ਦੀ ਮਰਿਆਦਾ ਕੀ ਹੈ ਤੇ ਉਹ ਸਭ ਕੁਝ ਇਹਨਾਂ ਨੇ ਸਿੱਖਣਾ ਗੁਰੂ ਘਰ ਦੇ ਵਿੱਚ ਜਾ ਕੇ 40 ਦਿਨ ਤੱਕ ਇਹਨਾਂ ਨੇ ਲਗਾਤਾਰ ਜਾਣਾ ਹੀ ਜਾਣਾ ਹੈ। ਉਸ ਤੋਂ ਬਾਅਦ ਅੱਧਾ ਘੰਟਾ ਇਹਨਾਂ ਨੇ ਰੋਜ਼ਾਨਾ ਸੰਥਿਆ ਲੈਣੀ ਹੈ ਗੁਰਬਾਣੀ ਪੜ੍ਹਨ ਦੀ। ਉਸ ਤੋਂ ਬਾਅਦ ਇਹਨਾਂ ਦੀ ਇੱਕ ਹੋਰ ਸੇਵਾ ਲੱਗੀ ਹੈ ਕਿ ਕੇਸਾਂ ਦੀ ਬੇਅਦਬੀ ਬਿਲਕੁਲ ਵੀ ਨਹੀਂ ਕਰਨੀ, ਆਹ ਸੇਵਾ ਲੱਗੀ ਹੈ। ਤੇ ਸੰਗਤ ਨੇ ਜਿੱਦਾਂ ਕਿ ਕਿਹਾ ਸੀਗਾ ਬਈ ਅਵਤਾਰ ਸਿੰਘ ਨੇ ਜਿਹੜੀ ਸੁੱਕੀ ਮਾਫ਼ੀ ਮੰਗਵਾਤੀ ਹੈ ਉਹ ਆਪ ਜੀ ਨੂੰ ਦੱਸ ਦਿੱਤੀ ਜਾਂਦੀ ਹੈ। ਸੁੱਕੀ ਮਾਫ਼ੀ ਤਾਂ ਮੰਗਵਾਈ ਸੀ ਕਿ ਸੰਗਤ ਨੇ ਸਾਨੂੰ ਕਿਹਾ ਸੀ ਬਈ ਕੋਈ ਨੀ ਇੱਕ ਚਾਂਸ ਹੋਰ ਦਿੱਤਾ ਜਾਏ ਇਹਨਾਂ ਨੂੰ। ਹੁਣ ਸੰਗਤ ਨੇ ਹੀ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਬਚਨ ਤੇ ਸੰਗਤ ਦੇ ਬਚਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਤੇ ਖਾਲਸਾਈ ਕਾਰਵਾਈ ਵੀ ਕਰ ਚੁੱਕੇ ਹਾਂ ਤੇ ਇਹਨਾਂ ਦੀ ਸੇਵਾ ਵੀ ਵਧਾ ਦਿੱਤੀ ਗਈ ਹੈ। ਤੇ ਕਈ ਸੰਗਤ ਦਾ ਹੁਕਮ ਸੀਗਾ ਬਈ ਇਹਨਾਂ ਨੂੰ ਮਾਫ਼ ਕੀਤਾ ਜਾਏ, ਪਰ ਮੈਂ ਗੁਰੂ ਸਾਹਿਬ ਦੇ ਅੱਗੇ ਉਹਨਾਂ ਨੂੰ ਮਾਫ਼ੀ ਮੰਗੀ ਹੈ। ਸੰਗਤ ਨੂੰ ਵੀ ਬੇਨਤੀ ਹੈ ਬਈ ਤੁਸੀਂ ਵੀ ਇਹਨਾਂ ਬੱਚਿਆਂ ਨੂੰ ਮਾਫ਼ ਕਰੋ ਤਾਂ ਜੋ ਇਹ ਅੱਗੋਂ ਕੁਝ ਨਵਾਂ ਸਿੱਖਣ ਬਈ ਗੁਰੂ ਘਰ ਦੇ ਵਿੱਚ ਜਾ ਕੇ ਤੌਰ ਤਰੀਕੇ ਬਈ ਗੁਰੂ ਘਰ ਦੀ ਮਰਿਆਦਾ ਕੀ ਹੈ ਕੀ ਨਹੀਂ ਉਹ ਸਭ ਕੁਝ ਸਿੱਖ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਸਾਰਿਆਂ ਦੇ ਸਾਹਮਣੇ ਨਾ ਆਪਾਂ ਜਿਹੜੇ ਬੱਚੇ ਸੀਗੇ ਉਹਨਾਂ ਦੀ ਮਾਫ਼ੀ ਦੀ ਵੀਡੀਓ ਆਪਾਂ ਵਿੱਚ ਐਡ ਕਰਾਂਗੇ, ਉਹ ਜ਼ਰੂਰ ਦੇਖਿਓ ਐਂਡ ਦੇ ਵਿੱਚ। ਤੇ ਆਪ ਸਾਰਿਆਂ ਨੂੰ ਦੱਸ ਦਿੱਤਾ ਜਾਂਦਾ ਕਿ ਜਿੱਦਾਂ ਕਿ ਮੈਨੂੰ ਰਾਜਨੀਤੀ ਦੇ ਨਾਲ ਜੋੜਿਆ ਗਿਆ ਤੇ ਮੇਰੇ ਖਿਲਾਫ਼ ਵੀਡੀਓਜ਼ ਵੀ ਬਣੀਆਂ ਸੀਗੀਆਂ, ਆਪ ਸਾਰਿਆਂ ਨੂੰ ਪਤਾ ਹੀ ਆ। ਤੇ ਮੇਰੇ ਖਿਲਾਫ਼ ਜਿਹਨਾਂ ਜਿਹਨਾਂ ਨੇ ਵੀ ਬੋਲਿਆ ਵੀ ਅਵਤਾਰ ਸਿੰਘ ਐਸ ਵਾਈ ਪਾਰਟੀ ਜੁਆਇਨ ਕਰਕੇ ਤੇ ਅਵਤਾਰ ਸਿੰਘ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਵੀ ਮਾਫ਼ੀ ਉਹਨਾਂ ਨੇ ਮੇਰੇ ਤੋਂ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮਾਫ਼ੀ ਮੰਗੀ ਸੀਗੀ। ਦੂਜੀ ਗੱਲ ਹੈ ਬਈ ਮੈਂ ਨਾ ਕਾਲਜ ਦਾ ਹਾਂ ਨਾ ਮੈਨੂੰ ਮੇਰੇ ਕਾਲਜ ਨਾਲ ਕੋਈ ਲੈਣਾ ਦੇਣਾ ਹੈ ਨਾ ਮੇਰੇ ਕੋਈ ਲਿੰਕ, ਤੇ ਮੈਂ ਕਾਲਜ ਦੇ ਨਾਲ ਐਸ ਵਾਈ ਪਾਰਟੀ ਜੁਆਇਨ ਕਿਉਂ ਕਰੂੰਗਾ। ਮੈਂ ਇੰਨੀ ਬੇਨਤੀ ਕਰਨਾ ਚਾਹੂੰਗਾ ਮੇਰੇ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਮੈਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਸਾਰਿਆਂ ਨੂੰ ਬੇਨਤੀ ਕੀਤਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਮਾਫ਼ੀ ਦੀ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਵਿੱਚ ਜੋ ਵੀ ਗੱਲ ਹੋਈ ਉਸ ਤੋਂ ਬਾਅਦ ਜੋ ਵੀ ਬੱਚਿਆਂ ਨੇ ਮਾਫ਼ੀ ਮੰਗੀ ਸੰਗਤ ਨੇ ਮਨਜ਼ੂਰ ਨਹੀਂ ਕੀਤੀ, ਸੰਗਤ ਦੇ ਹੁਕਮ ਨੂੰ ਸਿਰ ਮੱਥੇ ਰੱਖਦੇ ਹੋਏ ਉਸ ਤੋਂ ਬਾਅਦ ਇਹਨਾਂ ਤੇ ਦੁਬਾਰਾ ਮਾਫ਼ੀ ਮੰਗਾਈ ਜਾ ਰਹੀ ਹੈ, ਖਾਲਸਾ ਹੀ ਤੌਰ ਤੇ ਇਹਨਾਂ ਤੇ ਕਾਰਵਾਈ ਹੋ ਚੁੱਕੀ ਹੈ ਸਾਰੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਵੀ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਅੱਗੇ
ਆ ਸਾਰੇ ਸਿਰ ਝੁਕਾ ਕੇ ਗੁਰਦਿਆਂ ਵੱਲ ਵੀ ਬੈਠੇ ਹੋਏ ਨੇ, ਤੁਹਾਡੇ ਸੰਗਤ ਵੱਲੋਂ ਵੀ ਸਾਰੇ ਇਹ ਮਾਫ਼ੀ ਮੰਗ ਰਹੇ ਨੇ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸੇਵਾ ਲੱਗੀ ਹੋਈ ਸੀ ਪੰਜ ਸਿੰਘਾਂ ਵੱਲੋਂ ਜੋ ਸੇਵਾ ਲਗਾਈ ਗਈ ਸੀ, ਉਹ ਸੇਵਾ ਨੂੰ ਵੀ ਅੱਗੇ ਹੋਰ ਵਧਾ ਦਿੱਤਾ ਗਿਆ ਸੰਗਤ ਦੇ ਹੁਕਮ ਦੇ ਅਨੁਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਟੂਡੈਂਟ ਹਾਂ ਤੇ ਪਿਛਲੇ ਕੁਝ ਦਿਨਾਂ ਤੋਂ ਸਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਹਦੇ ਚ ਆਪਾਂ ਆਪਣੀ ਪੂਰੀ ਪੂਰੀ ਗਲਤੀ ਵੀ ਮੰਨਦੇ ਹਾਂ। ਸਿੰਘਾਂ ਤੋਂ ਜੋ ਸਾਡੇ ਤੇ ਖਾਲਸਾ ਕਾਰਵਾਈ ਬਣਦੀ ਸੀ ਉਹ ਸਾਡੇ ਤੇ ਕੀਤੀ ਗਈ ਹੈ, ਤੇ ਪੰਜ ਸਿੰਘਾਂ ਨੇ ਸਾਡੀ ਸੇਵਾ ਵੀ ਲਾਈ ਹੈ ਜੋ ਕਿ ਆਪਾਂ ਤਹਿ ਦਿਲ ਨਾਲ ਨਿਭਾਵਾਂਗੇ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਰੱਖਦੇ ਨਿਭਾਵਾਂਗੇ। ਵਾਹਿਗੁਰੂ ਜੀ, ਸੰਗਤ ਜੀ ਨੂੰ ਬੇਨਤੀ ਹੈ ਕਿ ਇਹਨਾਂ ਦੀ ਜੋ ਸੇਵਾ ਲੱਗੀ ਹੈ ਉਹ ਸੇਵਾ ਆਪ ਜੀ ਨੂੰ ਦੱਸ ਦਿੱਤੀ ਜਾਂਦੀ ਹੈ ਵੀਡੀਓ ਦੇ ਵਿੱਚ ਹੀ। 5 ਸਤੰਬਰ ਤੋਂ ਯਾਨੀ ਕਿ ਅੱਜ ਤੋਂ 40 ਦਿਨ 1 ਘੰਟੇ ਦੀ ਸੇਵਾ ਹੱਥੋਂ ਕੀਤੀ ਜਾਏਗੀ ਗੁਰੂ ਘਰ ਦੇ ਵਿੱਚ ਇਹਨਾਂ ਸਾਰਿਆਂ ਵੱਲੋਂ। ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਦੀ ਸੇਵਾ ਅਤੇ ਰਹਿਰਾਸ ਸਾਹਿਬ ਵੇਲੇ ਗੁਰੂ ਮਹਾਰਾਜ ਦੀ ਸੁਖਾਸਨ ਦੀ ਸੇਵਾ ਵੇਲੇ ਇਹਨਾਂ ਨੇ ਉੱਧਰ ਜਾ ਕੇ ਸਿੱਖਣਾ ਹੈ ਬਈ ਗੁਰੂ ਸਾਹਿਬ ਦੀ ਦੇਖ ਰੇਖ, ਗੁਰੂ ਸਾਹਿਬ ਦੀ ਮਰਿਆਦਾ ਕੀ ਹੈ ਤੇ ਉਹ ਸਭ ਕੁਝ ਇਹਨਾਂ ਨੇ ਸਿੱਖਣਾ ਗੁਰੂ ਘਰ ਦੇ ਵਿੱਚ ਜਾ ਕੇ। 40 ਦਿਨ ਤੱਕ ਇਹਨਾਂ ਨੇ ਲਗਾਤਾਰ ਜਾਣਾ ਹੀ ਜਾਣਾ। ਉਸ ਤੋਂ ਬਾਅਦ 1/2 ਘੰਟਾ ਇਹਨਾਂ ਨੇ ਰੋਜ਼ਾਨਾ ਸੰਥਿਆ ਲੈਣੀ ਹੈ ਗੁਰਬਾਣੀ ਪੜ੍ਹਨ ਦੀ। ਉਸ ਤੋਂ ਬਾਅਦ ਇਹਨਾਂ ਦੀ ਇੱਕ ਹੋਰ ਸੇਵਾ ਲੱਗੀ ਹੈ ਕਿ ਕੇਸਾਂ ਦੀ ਬੇਅਦਬੀ ਬਿਲਕੁਲ ਵੀ ਨਹੀਂ ਕਰਨੀ, ਆਹ ਸੇਵਾ ਲੱਗੀ ਹੈ। ਤੇ ਸੰਗਤ ਨੇ ਜਿੱਦਾਂ ਕਿ ਕਿਹਾ ਸੀਗਾ ਬਈ ਅਵਤਾਰ ਸਿੰਘ ਨੇ ਜਿਹੜੀ ਸੁੱਕੀ ਮਾਫ਼ੀ ਮੰਗਵਾਤੀ ਹੈ ਉਹ ਆਪ ਜੀ ਨੂੰ ਦੱਸ ਦਿੱਤੀ ਜਾਂਦੀ ਹੈ। ਸੁੱਕੀ ਮਾਫ਼ੀ ਤਾਂ ਮੰਗਵਾਈ ਸੀ ਕਿ ਸੰਗਤ ਨੇ ਸਾਨੂੰ ਕਿਹਾ ਸੀ ਬਈ ਕੋਈ ਨੀ ਇੱਕ ਚਾਂਸ ਹੋਰ ਦਿੱਤਾ ਜਾਏ ਇਹਨਾਂ ਨੂੰ। ਹੁਣ ਸੰਗਤ ਨੇ ਹੀ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਬਚਨ, ਤੇ ਸੰਗਤ ਦੇ ਬਚਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਤੇ ਖਾਲਸਾ ਕਾਰਵਾਈ ਵੀ ਕਰ ਚੁੱਕੇ ਹਾਂ ਤੇ ਇਹਨਾਂ ਦੀ ਸੇਵਾ ਵੀ ਵਧਾ ਦਿੱਤੀ ਗਈ ਹੈ। ਤੇ ਕਈ ਸੰਗਤ ਦਾ ਹੁਕਮ ਸੀਗਾ ਬਈ ਇਹਨਾਂ ਨੂੰ ਮਾਫ਼ ਕੀਤਾ ਜਾਏ, ਪਰ ਮੈਂ ਗੁਰੂ ਸਾਹਿਬ ਦੇ ਅੱਗੇ ਉਹਨਾਂ ਨੂੰ ਮਾਫ਼ੀ ਮੰਗੀ ਹੈ। ਸੰਗਤ ਨੂੰ ਵੀ ਬੇਨਤੀ ਹੈ ਬਈ ਤੁਸੀਂ ਵੀ ਇਹਨਾਂ ਬੱਚਿਆਂ ਨੂੰ ਮਾਫ਼ ਕਰੋ ਤਾਂ ਜੋ ਇਹ ਅੱਗੋਂ ਕੁਝ ਨਵਾਂ ਸਿੱਖਣ ਬਈ ਗੁਰੂ ਘਰ ਦੇ ਵਿੱਚ ਜਾ ਕੇ ਤੌਰ ਤਰੀਕੇ ਬਈ ਗੁਰੂ ਘਰ ਦੀ ਮਰਿਆਦਾ ਕੀ ਹੈ ਕੀ ਨਹੀਂ ਉਹ ਸਭ ਕੁਝ ਸਿੱਖ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਸਾਰਿਆਂ ਦੇ ਸਾਹਮਣੇ ਨਾ ਆਪਾਂ ਜਿਹੜੇ ਬੱਚੇ ਸੀਗੇ ਉਹਨਾਂ ਦੀ ਮਾਫ਼ੀ ਦੀ ਵੀਡੀਓ ਆਪਾਂ ਵਿੱਚ ਐਡ ਕਰਾਂਗੇ, ਉਹ ਜ਼ਰੂਰ ਦੇਖਿਓ ਐਂਡ ਦੇ ਵਿੱਚ। ਅਤੇ ਆਪ ਸਾਰਿਆਂ ਨੂੰ ਦੱਸ ਦਿੱਤਾ ਜਾਂਦਾ ਕਿ ਜਿੱਦਾਂ ਕਿ ਮੈਨੂੰ ਰਾਜਨੀਤੀ ਦੇ ਨਾਲ ਜੋੜਿਆ ਗਿਆ ਅਤੇ ਮੇਰੇ ਖਿਲਾਫ਼ ਵੀਡੀਓਜ਼ ਵੀ ਬਣੀਆਂ ਸੀਗੀਆਂ, ਆਪ ਸਾਰਿਆਂ ਨੂੰ ਪਤਾ ਹੀ ਆ। ਅਤੇ ਮੇਰੇ ਖਿਲਾਫ਼ ਜਿਹਨਾਂ ਨੇ ਵੀ ਬੋਲਿਆ ਵੀ ਅਵਤਾਰ ਸਿੰਘ SOI ਪਾਰਟੀ ਜੁਆਇਨ ਕਰਕੇ ਅਤੇ ਅਵਤਾਰ ਸਿੰਘ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਵੀ ਮਾਫ਼ੀ ਉਹਨਾਂ ਨੇ ਮੇਰੇ ਤੋਂ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮਾਫ਼ੀ ਮੰਗੀ ਸੀਗੀ। ਦੂਜੀ ਗੱਲ ਹੈ ਬਈ ਮੈਂ ਨਾ ਕਾਲਜ ਦਾ ਆਇਆ, ਨਾ ਮੈਨੂੰ ਮੇਰੇ ਕਾਲਜ ਨਾਲ ਕੋਈ ਲੈਣਾ ਦੇਣਾ ਹੈ, ਨਾ ਮੇਰੇ ਕੋਈ ਨਹੀਂ, ਅਤੇ ਮੈਂ ਕਾਲਜ ਦੇ ਨਾਲ SOI ਪਾਰਟੀ ਜੁਆਇਨ ਕਿਉਂ ਕਰੂੰਗਾ। ਮੈਂ ਇੰਨੀ ਬੇਨਤੀ ਕਰਨਾ ਚਾਹੂੰਗਾ ਮੇਰੇ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਮੈਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਸਾਰਿਆਂ ਨੂੰ ਬੇਨਤੀ ਕੀਤਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਮਾਫ਼ੀ ਦੀ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਵਿੱਚ ਜੋ ਵੀ ਗੱਲ ਹੋਈ ਉਸ ਤੋਂ ਬਾਅਦ ਜੋ ਵੀ ਬੱਚਿਆਂ ਨੇ ਮਾਫ਼ੀ ਮੰਗੀ ਸੰਗਤ ਨੇ ਮਨਜ਼ੂਰ ਨਹੀਂ ਕੀਤੀ। ਸੰਗਤ ਦੇ ਹੁਕਮ ਨੂੰ ਸਿਰ ਮੱਥੇ ਰੱਖਦੇ ਹੋਏ ਉਸ ਤੋਂ ਬਾਅਦ ਇਹਨਾਂ ਤੇ ਦੁਬਾਰਾ ਮਾਫ਼ੀ ਮੰਗਾਈ ਜਾ ਰਹੀ ਹੈ। ਖਾਲਸਾਈ ਤੌਰ ਤੇ ਇਹਨਾਂ ਤੇ ਕਾਰਵਾਈ ਹੋ ਚੁੱਕੀ ਹੈ ਸਾਰੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਵੀ ਗੁਰੂ ਸਾਹਿਬ ਦੇ ਅੱਗੇ, ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਅੱਗੇ ਆਹ ਸਾਰੇ ਸਿਰ ਝੁਕਾ ਕੇ ਗੁਰਦਿਆਂ ਵੱਲ ਵੀ ਬੈਠੇ ਹੋਏ ਨੇ, ਤੁਹਾਡੇ ਸੰਗਤ ਵੱਲੋਂ ਵੀ ਸਾਰੇ ਇਹ ਮਾਫ਼ੀ ਮੰਗ ਰਹੇ ਨੇ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸੇਵਾ ਲੱਗੀ ਹੋਈ ਸੀ ਪੰਜ ਸਿੰਘਾਂ ਵੱਲੋਂ ਜੋ ਸੇਵਾ ਲਗਾਈ ਗਈ ਸੀ ਉਹ ਸੇਵਾ ਨੂੰ ਵੀ ਅੱਗੇ ਹੋਰ ਵਧਾ ਦਿੱਤਾ ਗਿਆ ਸੰਗਤ ਦੇ ਹੁਕਮ ਦੇ ਅਨੁਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਟੂਡੈਂਟ ਹਾਂ ਤੇ ਪਿਛਲੇ ਕੁਝ ਦਿਨਾਂ ਤੋਂ ਸਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਹਦੇ ਚ ਆਪਾਂ ਆਪਣੀ ਪੂਰੀ ਪੂਰੀ ਗਲਤੀ ਵੀ ਮੰਨਦੇ ਹਾਂ। ਸਿੰਘਾਂ ਤੋਂ ਜੋ ਸਾਡੇ ਤੇ ਖਾਲਸਾਈ ਕਾਰਵਾਈ ਬਣਦੀ ਸੀ ਉਹ ਸਾਡੇ ਤੇ ਕੀਤੀ ਗਈ ਹੈ, ਤੇ ਪੰਜ ਸਿੰਘਾਂ ਨੇ ਸਾਡੀ ਸੇਵਾ ਵੀ ਲਾਈ ਹੈ ਜੋ ਕਿ ਆਪਾਂ ਤਹਿ ਦਿਲ ਨਾਲ ਨਿਭਾਵਾਂਗੇ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਰੱਖਦੇ ਨਿਭਾਵਾਂਗੇ। ਵਾਹਿਗੁਰੂ ਜੀ, ਸੰਗਤ ਜੀ ਨੂੰ ਬੇਨਤੀ ਹੈ ਕਿ ਇਹਨਾਂ ਦੀ ਜੋ ਸੇਵਾ ਲੱਗੀ ਹੈ ਉਹ ਸੇਵਾ ਆਪ ਜੀ ਨੂੰ ਦੱਸ ਦਿੱਤੀ ਜਾਂਦੀ ਹੈ ਵੀਡੀਓ ਦੇ ਵਿੱਚ ਹੀ। 5 ਸਤੰਬਰ ਤੋਂ ਯਾਨੀ ਕਿ ਅੱਜ ਤੋਂ 40 ਦਿਨ 1 ਘੰਟੇ ਦੀ ਸੇਵਾ ਹੱਥੋਂ ਕੀਤੀ ਜਾਏਗੀ ਗੁਰੂ ਘਰ ਦੇ ਵਿੱਚ ਇਹਨਾਂ ਸਾਰਿਆਂ ਵੱਲੋਂ। ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਦੀ ਸੇਵਾ ਅਤੇ ਰਹਿਰਾਸ ਸਾਹਿਬ ਵੇਲੇ ਗੁਰੂ ਮਹਾਰਾਜ ਦੀ ਸੁਖਾਸਨ ਦੀ ਸੇਵਾ ਵੇਲੇ ਇਹਨਾਂ ਨੇ ਉੱਧਰ ਜਾ ਕੇ ਸਿੱਖਣਾ ਹੈ ਬਈ ਗੁਰੂ ਸਾਹਿਬ ਦੀ ਦੇਖ ਰੇਖ, ਗੁਰੂ ਸਾਹਿਬ ਦੀ ਮਰਿਆਦਾ ਕੀ ਹੈ ਤੇ ਉਹ ਸਭ ਕੁਝ ਇਹਨਾਂ ਨੇ ਸਿੱਖਣਾ ਗੁਰੂ ਘਰ ਦੇ ਵਿੱਚ ਜਾ ਕੇ। 40 ਦਿਨ ਤੱਕ ਇਹਨਾਂ ਨੇ ਲਗਾਤਾਰ ਜਾਣਾ ਹੀ ਜਾਣਾ। ਉਸ ਤੋਂ ਬਾਅਦ 1/2 ਘੰਟਾ ਇਹਨਾਂ ਨੇ ਰੋਜ਼ਾਨਾ ਸੰਥਿਆ ਲੈਣੀ ਹੈ ਗੁਰਬਾਣੀ ਪੜ੍ਹਨ ਦੀ।
उस तो बाद इन्हां दी एक होर सेवा लगी है कि केसां दी बेअदबी बिल्कुल भी नहीं करनी। आ सेवा लगी है ते संगत ने जिदा के कहा सीगा भई अवतार सिंह ने जिहड़ी सुक्की माफी मंगवाती है वह आज नूं दस दित्ती जांदी है। सुक्की माफी तां मंगवाई सी कि संगत ने सानू कहा सी भई कोई नहीं एक चांस होर दिता जाए इन्हां नूं। हुण संगत ने ही अपनी अपना जिहड़ा रखिया उन्होंने वचन ते संगत दे वचन नूं मद्देनजर रखते हुए आपां इन्हां ते खालसाई कारवाई भी कर चुके हैं ते इन्हां दी सेवा भी वधा दित्ती गई है ते कई संगत दा हुक्म सीगा भई इन्हां नूं माफ कीता जाए करने गुरु साहब दे अगे उन्होंने माफी मंगी है। संगत नूं भी बेनती है भई तुसीं भी इन्हां बच्चों नूं माफ करो ता जो ऐ अगों कुछ नवा सीखण भई गुरु घर दे विच जाके तौर तरीके भई गुरु घर की मर्यादा की है की नहीं वह सब कुछ सीख सकन। वाहिगुरु जी का खालसा वाहिगुरु जी की फतेह।